ਅਲਟਰ ਗਾਣੇ ਨਾਲ ਮਸ਼ਹੂਰ ਹੋਏ ਪ੍ਰਸਿੱਧ ਪੰਜਾਬੀ ਸਿੰਗਰ ਆਰਨੀਤ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ। ਦੱਸ ਦਈਏ ਕਿ ਆਰਨੀਤ ਦੇ ਫਲੈਟ 'ਚ ਕੁਝ ਅਣਪਛਾਤੇ ਵਿਅਕਤੀਆਂ ਨੇ ਵੜ ਕੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਹੈ। ਵੈਲ ਇਹ ਪੈਸਿਆਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਆਰਨੀਤ ਨੇ ਆਪਣੇ ਗਾਣੇ ਦੇ ਲਈ 3 ਲੱਖ ਰੁਪਏ ਲਿੱਤੇ ਸੀ। ਹਾਲਾਂਕਿ ਆਰਨੀਤ ਨੇ ਇਹ ਗਾਣੇ ਨਹੀਂ ਮੋੜੇ ਤੇ ਇਸ ਨਾਲ ਹੀ 15 ਅਗਸਤ ਨੂੰ ਰਿਲੀਜ਼ ਹੋਣ ਵਾਲਾ ਨਵੇਂ ਗੀਤ ਦੇ ਵਿੱਚ ਆਰਨੀਤ ਆਪਣੇ ਨਾਲ ਕੀਤੇ ਗਏ ਧੋਖੇ ਦੇ ਲਈ 3-4 ਵਿਅਕਤੀਆਂ ਨੂੰ ਐਕਸਪੋਜ਼ ਕਰਨ ਵਾਲੇ ਨੇ, ਜਿਸ ਨੂੰ ਲੈ ਕੇ ਬਹਿਸਬਾਜ਼ੀ ਸ਼ੁਰੂ ਹੋ ਗਈ ਹੈ। ਤੇ ਇਸ ਦੇ ਚੱਲਦੇ ਹੀ ਹਾਲ ਹੀ 'ਚ ਆਰਨੀਤ ਦੇ ਨਾਲ ਇੱਕ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਆਰਨੀਤ ਦੇ ਫਲੈਟ 'ਚ ਜਾ ਕੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਹੈ। ਨੌਜਵਾਨਾਂ ਦੀ ਪਛਾਣ ਅਰਮਾਨ ਮਾਹੀ ਜੋਬਨ ਸਹਿਜਪਾਲ ਮੰਗਲ ਵਜੋਂ ਹੋਈ ਹੈ, ਜਦੋਂ ਕਿ ਉਕਤ ਨੌਜਵਾਨਾਂ ਸਮੇਤ ਉਹਨਾਂ ਦੇ 10-15 ਅਣਪਛਾਤੇ ਸਾਥੀਆਂ ਖਿਲਾਫ਼ ਵੀ ਮਾਮਲਾ ਦਰਜ ਕਰ ਲਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਰਨੀਤ, ਜੋ ਕਿ ਮੂਲ ਰੂਪ 'ਚ ਪਿੰਡ ਧਰਮਪੁਰਾ ਮਾਨਸਾ ਦੇ ਰਹਿਣ ਵਾਲੇ ਨੇ ਅਤੇ ਇਸ ਸਮੇਂ ਸੈਕਟਰ 70 ਮੋਹਾਲੀ ਵਿੱਚ ਹੋਮਲੈਂਡ ਦੇ ਫਲੈਟ 'ਚ ਰਹਿ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਗਾਇਕ ਆਰਨੀਤ ਦੀ ਬਹਿਸ ਹੋਈ ਸੀ। ਇਸ ਤੋਂ ਬਾਅਦ ਹੀ ਅਣਪਛਾਤੇ ਨੌਜਵਾਨਾਂ ਨੇ ਆਰਨੀਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਹਨਾਂ ਦੱਸਿਆ ਕਿ ਪੁਲਿਸ ਨੌਜਵਾਨਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ। ਬਿਊਰੋ ਰਿਪੋਰਟ, ਸਾਂਝਾ ਟੀਵੀ, ਚੰਡੀਗੜ੍ਹ।